ਅਸਲਾਮ ਵਾਲੇਕੁਮ ਗਾਇਜ਼, ਮੈਂ ਮੁਹੰਮਦ ਨਿਮਰ, ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪਿੰਡ ਲੋਕ 7:30। ਦੁਬਾਰਾ ਤੋਂ ਵੈਲਕਮ ਹੋ ਗਿਆ, ਰਾਤ ਪਹੁੰਚੇ ਹਾਂ ਅਤੇ ਮੈਂ ਕਿਹਾ ਚਲੋ ਹੁਣ ਈਦ ਨਮਾਜ਼ ਪੜ੍ਹ ਲਈ, ਅੱਲਾ ਹਰ ਕਰੇ, ਫਿਰ ਮਿਲਦੇ ਹਾਂ ਇਨਸ਼ਾਅੱਲਾ। ਬਾਕੀ ਰੂਟੀਨ ਦੇ ਨਾਲ ਤਿਆਰੀ ਕੀਤੀ ਮੈਂ, ਔਰ ਮੈਂ ਮੇਰੇ ਨਾਲ ਹੈ ਆ ਰਿਹਾ ਛੋਟਾ ਅਬਦੁਲ ਰਹਿਮਾਨ। ਆ ਜਾ ਪੁੱਤ, ਆ ਜਾ ਛੇਤੀ, ਆ ਜਾ ਨੱਠੀਏ ਦਾ। ਮੈਂ ਹੁਣ ਇਸ ਟਾਈਮ ਹੈ ਜੀ ਆਪਣੇ ਸਸੁਰਾਲ ਪਿੰਡ, ਮਸਜਿਦ ਬਿਲਕੁਲ ਨਾਲ ਹੀ ਹੈ ਬਸ। ਇਹ ਸਾਹਮਣੇ ਜਿਹੜੇ ਮਕਾਨ ਨਜ਼ਰ ਆ ਰਹੇ, ਇਹਨਾਂ ਦੀ ਬੈਕ ਸਾਈਡ 'ਤੇ ਮਸਜਿਦ, ਉਹ ਛੋਟੇ ਬੱਚੇ ਜਾ ਰਹੇ ਨੇ, ਉਹ ਸਿਰਫ ਮਕਾਨਾਂ ਦੇ ਉੱਤੋਂ ਵੀ ਘੁੰਮ ਕੇ ਆਉਣਾ ਪੈਣਾ। ਇਹ ਸਾਹਮਣੇ ਖੰਭਾ ਨਜ਼ਰ ਆ ਰਿਹਾ, ਖੰਭੇ ਦੇ ਨਾਲ ਹੀ ਇਹ ਮਸਜਿਦ ਸਾਹਮਣੇ। ਜੀ ਮੌਲਵੀ ਸਾਹਿਬ ਨੇ ਜਮਾਤ ਖੜੀ ਕਰਾ ਦਿੱਤੀ, ਪਹੁੰਚ ਗਏ ਅਸੀਂ, ਬੜਾ ਅੱਲਾਹ ਕਰੇ ਆਵਾਮ ਖੜੀ ਹੋ ਗਈ, ਅਸੀਂ ਇੱਧਰ ਸ਼ਾਮਿਲ ਹੋ ਜਾਂਦੇ। ਅਸਲਾਮ ਅਲੈਕੁਮ, ਅਸਲਾਮ ਅਲੈਕੁਮ, ਕੀ ਹਾਲ ਹੈ? ਖਰੀਦ ਅਸਲਾਮ ਅਲੈਕੁਮ, ਈਦ ਮੁਬਾਰਕ ਹੋ ਜਨਾਬ, ਬਹੁਤ ਬਹੁਤ ਹੋਰ ਕੀ ਹਾਲ? ਠੀਕ ਠਾਕ, ਵੈਸੇ ਠੀਕ, ਅੱਲਾ ਦਾ ਸ਼ੁਕਰ। ਡਾਕਟਰ ਸਾਹਿਬ, ਕੀ ਹਾਲ ਖਰੀਆ? ਈਦ ਮੁਬਾਰਕ ਹੋਵੇ। ਹੋਰ ਵੈਸੇ ਠੀਕ ਹੈ, ਕੈਸੀ ਗੁਜ਼ਰ ਰਹੀ? ਮਾਸ਼ਾਅੱਲਾ। ਈਦ ਨਮਾਜ਼ ਪੜ੍ਹੀ, ਈਦ ਨਮਾਜ਼ ਪੜ੍ਹ ਕੇ ਹਰ ਬੰਦਾ ਹੁਣ ਬਾਹਰ ਦੀ ਤਰਫ ਜਾ ਰਿਹਾ ਜਾ ਕੇ, ਅਤੇ ਹੁਣ ਹਰ ਕੋਈ ਜਾਏਗਾ ਘਰ ਘਰ ਜਾ ਕੇ, ਫਿਰ ਹਰ ਕਦੇ ਕੁਰਬਾਨੀ ਦਾ ਕੁਛ ਸਿਲਸਿਲਾ ਸ਼ੁਰੂ ਰਹਿਣਾ ਸਾਡੇ, ਮਤਲਬ ਮੇਰੇ ਸਸੁਰਾਲ ਪਿੰਡ ਦੀ ਪਹਿਲੇ ਮਸਜਿਦ ਬਿਲਕੁਲ ਛੋਟੀ ਜਿਹੀ ਹੁੰਦੀ ਸੀ, ਹੁਣ ਨਵੀਂ ਦਾ ਤਮੀਰਾਤ ਦਾ ਕੰਮ ਸ਼ੁਰੂ ਹੋਇਆ। ਸਾਨੂੰ ਵੀ ਪੈਸੇ ਦੇ ਦੋ, ਤੈਨੂੰ ਮੁਬਾਰਕ ਹੋਏ। ਹੋਰ ਕੈਸੀ ਗੁਜ਼ਰ ਰਹੀ? ਸਾਨੂੰ ਵੀ ਦੇ, ਇੱਦੀ ਸਾਨੂੰ ਨੀ ਦੇਣੀ, ਲੋਕਾਂ ਨੂੰ ਦੇ ਜਾਣਾ, ਦੇ ਜਿੰਨੀ ਮਰਜ਼ੀ ਦੇ, ਇਹਦੀ ਦੇ ਲਈ ਜਿੰਨੀ ਮਰਜ਼ੀ ਦੇ। ਅੱਜ ਕੱਲ ਰਿਵਾਜ਼ ਤੇਰੀ ਖੈਰ ਮੁਬਾਰਕ ਜੀ, ਕੀ ਹਾਲ ਫਰੀਦ? ਹੋਰ ਸ਼ੁਕਰ ਅੱਲਾ, ਮਿਲੋ ਸਹੀ ਵਾਲਾ। ਅਸਲਾਮ ਅਲੈਕੁਮ, ਕੀ ਹਾਲ ਫਰੀਦ? ਹੋਰ ਵੈਸੇ ਠੀਕ ਹੈ?
ਸਭ ਖੈਰ ਮੇਰੇ ਤਬੀਅਤਾਂ ਸਿਹਤਾਂ ਠੀਕ ਰਹਿੰਦੀਆਂ। ਮੈਂ ਕੱਲ ਸ਼ਾਮੀ ਆਇਆ। ਅੱਛਾ ਹਾਂਜੀ। ਹੋਰ ਵਾਲੇਕੁਮ ਅਸਲਾਮ ਰਹਿਮਤੁਲਾ ਬਰਕਾਤੁ। ਆਓ ਜੀ ਮਿਸਤਰੀ ਸਾਹਿਬ, ਮਿਸਤਰੀ ਸਾਹਿਬ ਤੁਸੀਂ ਸੁਣਾਓ ਜੀ। ਮਾਰਕ ਖੈਰ ਅੰਬਾਰ ਜੀ, ਖੈਰ ਅੰਬਾਰ, ਖੈਰ ਅੰਬਾਰ ਕਹੋ ਜੀ। ਹੋਰ ਸਭ ਖੈਰ ਖਰੀਦ? ਹੋਰ ਮਿਸਤਰੀ ਸਾਹਿਬ ਤਬੀਅਤਾਂ ਸਿਹਤਾਂ ਕੈਸੀਆਂ? ਨਜ਼ਰ ਆ ਰਹੇ ਹਾਂ, ਆ ਰਹੇ ਹਾਂ, ਆ ਰਹੇ ਹਾਂ। ਹੋਰ ਨੂੰ ਮਾੜਾ ਬੰਦਾ, ਹੋਰ ਸੁਣਾਓ, ਘਰ ਬਾਲ ਬੱਚੇ ਸਭ ਠੀਕ ਠਾਕ? ਪੁੱਛ ਪੁੱਛ ਕੇ ਮਿਲਣਾ ਓਲੀ ਜੀ, ਇਹ ਤੇ ਕੌਣ ਪੁੱਛ ਪੁੱਛ ਕੇ ਮਿਲਦਾ ਸਾਹਿਬ? ਉਧਰ ਰਹੀ ਸ਼ੁਕਰ ਅਲਹਮਦੁਲਿਲਾ। ਇਦਾਂ ਦੇ ਇਹਨਾਂ ਦੀਆਂ ਬੱਚਿਆਂ ਦੀਆਂ ਇਦਾਂ ਦਾ ਇਦਾਂ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ ਬਸ ਹੌਲੀ 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 ਪੜ੍ਹਾਈ ਦਾ ਇਹ ਉਮਰ ਬਸ। ਜਦੋਂ ਇਹਨਾਂ ਨੂੰ ਦੇਖੀ ਤਾਂ ਆਪਾਂ ਵੇਲਾ ਯਾਦ ਆ ਜਾਂਦਾ ਸੀ ਯਾਰ, ਯਕੀਨ ਕਰੋ ਕਦੀ ਬਸ ਉਹ ਹੀ ਵੇਲਾ ਚੰਗਾ ਸੀ। ਬਾਦਸ਼ਾਹ ਨੇ ਬਾਦਸ਼ਾਹ ਜਿਹੜੀ ਗੱਲ ਮੂੰਹ ਨਿਕਲ ਗਈ ਹੈ ਐਵੇਂ। ਬੱਪੀ ਭਾਈ ਆ ਜਾਓ, ਆ ਜਾਓ, ਆ ਜਾਓ, ਆ ਜਾਓ, ਆ ਜਾਓ ਵੀ, ਆ ਜਾਓ, ਆ ਜਾਓ ਬੱਪੀ ਭਾਈਏ, ਆ ਜਾ ਆ ਜਾ ਆ ਜਾ ਆ ਜਾ। ਅੱਛਾ ਬਸ ਅੱਛਾ, ਇੱਧਰ ਇੱਧਰ ਆ ਜਾ। ਅੱਛੇ ਐ ਬੱਪੀ ਭਾਈਏ, ਬੱਪੀ ਪੋਣੀ ਉੱਥੇ ਚੁੱਕਾਂ ਫਿਰ ਤਾਂ ਬੈਗ ਦਵਾਂਗੇ ਪੈਸੇ ਪੈਸੇ ਲੈਣੇ ਇਹ ਤੇ ਨਹੀਂ ਲੈਣੀ ਨਾ ਬੱਪੀ ਭਾਈਏ। ਅੱਛੇ ਬੱਪੀ ਭਾਈਏ, ਬੱਪੀ ਦਾ ਬੱਪੀ ਦਾ ਕੁੱਟ ਕੇ ਕੁੱਟ ਕੇ ਬੱਪੀ ਦਾ ਫਰੇ ਦੀ ਦਾਂ। ਅੱਛੇ ਕੁੱਟ ਕੇ ਕੁੱਟ ਕੇ ਕੁੱਟ ਕੇ ਕੁੱਟ ਕੇ ਇੱਧਰ ਮੂੰਹ ਕਰ, ਇੱਧਰ ਇੱਧਰ ਮੂੰਹ ਕਰ, ਮੂੰਹ ਕਰ ਦੇ। ਚਲ ਹੁਣ ਇਹਦੀ ਲੈਣੀ ਪੈਸੇ ਨੀ ਲੈਣੇ, ਚੱਲ ਮੈਂ ਰੋਸ਼ ਇੱਧਰ ਆਓ, ਇੱਧਰ ਇੱਧਰ ਆਓ, ਇੱਧਰ ਆਓ ਦਰਮਾਨ ਤੰਜੀਲਾ ਤੇ ਦਰਮਾਨ ਇੱਧਰ ਆਓ ਬਾਈ। ਚਲੋ ਸ਼ਾਬਾਸ਼, ਈਦ ਤੇ ਮਿਲੀ ਨੀ ਤੰਦੀਲਾ, ਕੁਲਫੀਆਂ ਖਾਈ ਜਾਂਦੀ ਹੈ ਹੈਂ। ਚਲੋ ਚੱਲ ਬਈ। ਅੱਛਾ ਉਹ ਕਿੰਨਾ ਲੈ ਲੇ? ਅੱਛਾ ਅੱਛਾ ਅੱਛਾ, ਚਲੋ ਸ਼ਾਬਾਸ਼। ਹੁਣ ਕੌਣ ਰਹਿ ਗਿਆ? ਸ਼ਾਦ ਰਹਿ ਗਿਆ, ਆ ਜਾ ਵੀ ਸ਼ਾਦ ਇੱਧਰ ਆ। ਹੈਲੋ ਬਈ, ਚਲੋ ਸ਼ਾਬਾਸ਼। ਅੱਛਾ ਆ ਰਹੇ, ਚਲੋ ਆ ਬਾਜੀ ਦੇ। ਚਲੋ ਬਾਈ ਬਹੁਤ, ਤੁਸੀਂ ਈਦੀ ਮਿਲੇ ਨੀ ਗੇ ਹੈਂ? ਤੁਸੀਂ ਈਦੀ ਨੀ ਮਿਲੇ ਮੈਨੂੰ? ਮੈਂ ਮਾਰ 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 ਇਹਨੂੰ, ਮਾਰ ਮਾਰ ਇਹਨੂੰ, ਮਾਰ 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 ਮਾਰ। ਕਹਾਂ ਚੜ ਗਿਆ? ਮਾਰ ਮਾਰ ਇਹਨੂੰ ਪੂਨ ਨੂੰ। ਕਰਨ ਲੱਗਾ ਫਿਰ ਮੈਂ। ਅੱਛਾ ਜੀ ਭਾਈ ਸਾਹਿਬ, ਤੁਸੀਂ ਦੱਸੋ ਵੀ ਤੁਹਾਡੇ ਪਾਸੇ ਮਜ਼ਦੂਰੀ ਦੇ ਅੰਦਰ ਰਿਵਾਜ ਹੈ ਕਿ ਨਹੀਂ? ਮਜ਼ਦੂਰੀ ਮਜ਼ਦੂਰੀ ਕੰਮ ਦੀ ਭਾਈ, ਮਜ਼ਦੂਰੀ ਦੇਣੀ ਹੈ ਤਾਂ ਮੈਂ ਆਪਣੀ ਮਜ਼ਦੂਰੀ ਚ ਕੋਈ ਹੋਰ ਚੀਜ਼ ਲੈਣੀ ਆਪਣੀ ਪਸੰਦ ਦੀ। ਮੇਰੀ ਪਸੰਦ ਹੈ ਜੀ ਸਾਨੂੰ ਲਾਲੀ ਕਲੇਜੀ ਚਾਹੀਦੀ, ਥੋੜੀ ਜੀ ਫਰਮਾਇਸ਼ ਆਈ ਕਿਤੇ, ਹਾਂ ਥੋੜੀ ਜੀ ਉਹ ਤੇਰੇ ਸਖਿਆ ਨੂੰ ਫਰਮਾਇਸ਼ ਆਈ ਪਤਾ ਨੀ ਆਉਂਦੇ ਨੇ ਫਿਰ ਆਉਂਦੇ ਪਏ ਤੂੰ, ਥੋੜੀ ਲਾਲੀ ਕਲੇਜੀ ਚਾਹੀਦੀ।
ਮਾਧਮ ਟੋਕਾ ਚਲਾਉਂਦਾ ਵੈਸੇ ਮਾਹਰ ਇੰਜ ਜਿਵੇਂ ਕੋਈ ਚਾਰ ਦਿਨ ਲਾਏ ਹੁੰਦੇ ਕਿਤੇ ਨੇ ਕਿਸਾਈਆਂ ਦੇ ਨਾਲ ਨਾ ਦੁਨੀਆਂ ਮੈਨੂੰ ਲੱਗਦਾ ਇਹਨੇ ਕੁਛ ਕੰਮ ਛੱਡਣਾ ਕੋਈ ਨੀ ਕੋਈ ਵੀ ਦੁਨੀਆਂ ਜਾਣਦਾ ਹੈ ਸੇਠ ਸਾਰੇ ਕੰਮ ਸਾਡੇ ਵਰਗਾ ਵੇਂਦਾ ਕਿਹੜਾ ਖਾਲ ਖਾਲ ਮੈਂ ਤੂੰ ਖਾਲ ਮੈਂ ਤੂੰ ਸ਼ੌਕ ਨਾਲ ਲਾ ਲੈਂਦਾ ਬਾਕੀ ਅਗਲਾ ਕੰਮ ਮੇਰੇ ਕੋਲ ਔਖਾ ਦਊ ਮੈਨੂੰ ਤੂੰ ਖਾਲ ਦਾ ਸ਼ੌਕ ਖਾਲ ਮੈਂ ਲਾ ਲੈਂਦਾ ਤੂੰ ਸ਼ੌਕ ਨਾਲ ਸਹੀ ਲਾ ਲੈਂਦਾ ਤੇ ਆ ਕੇ ਫਸ ਗਏ ਚਲੋ ਕੋਈ ਨੀ ਅੱਲਾ ਕਰਕੇ ਮੈਂ ਕੱਪੜੇ ਚੇਂਜ ਕਰਕੇ ਆਉਣਾ ਫਿਰ ਅੱਲਾ ਕਰਕੇ ਕਰਨੇ ਮੈਂ ਚਲੋ ਕੱਪੜੇ ਚੇਂਜ ਕਰਕੇ ਹੁਣ ਕੰਮ ਕਰਾਂਗੇ ਨਾ ਕਿਤੇ ਕੱਪੜੇ ਤਾਂ ਖਰਾਬ ਕਰਨੇ ਨਾ ਨਾਲ ਜਾਣ ਕੇ ਤਾਂ ਚੁੱਕੀ ਨੇ ਛੇੜੀ ਫਿਰ ਚੜ ਚੁੱਕੀ ਤਾਂ ਜਾਣ ਕੇ ਚੁੱਕ ਚੁੱਕ ਫਿਰ ਜਾਣ ਕੇ ਚੁੱਕ ਇਸ਼ਾਰਾ ਨਹੀਂ ਸੀ ਨਾ ਕਰਨਾ ਉਹਨੂੰ ਇਹ ਚੈੱਕ ਕਰੋ ਜੀ ਬੱਚਿਆਂ ਦਾ ਕੰਮ ਪਿੰਡਾਂ ਵਾਲੇ ਹੈ ਥੱਲੇ ਖਾਲ ਚੱਲਦਾ ਪਿਆ ਪਾਣੀ ਆ ਰਿਹਾ ਔਰ ਬੱਚਾ ਇੰਜੋਏ ਕਰ ਰਿਹਾ ਪੀਂਗ ਕੌਣ ਕੌਣ ਆਪਣਾ ਬਚਪਨ ਦੱਸੇ ਕਿਹਨੂੰ ਕਿਹਨੂੰ ਯਾਦ ਹੈ ਕਿਹਨੇ ਕਿਹਨੇ ਆਪਣਾ ਬਚਪਨ ਇਸ ਤਰ੍ਹਾਂ ਗੁਜ਼ਾਰਿਆ ਹੋਇਆ ਪੂਰੀ ਵਜ੍ਹਾ ਕੀ ਹੈ ਤੀਹ ਬੋਰ ਹੋਣੇ ਤੀਹ ਪਲੇਟਾਂ ਨੂੰ ਜਾਣਾ ਘਾਟਾ ਅਗਰ ਉਹ ਹਿਸਾਬ ਨਾਲ ਤਾਂ ਤੀਹ ਨਾਲ ਜ਼ਰੂਰ ਦੇ ਤਿੰਨ ਲੱਖ ਕਿੰਨਾ ਪਾਣੀ ਬਣਦਾ ਉਹ ਜਾਂਦਾ ਵੇਚ ਰਿਹਾ